ਸਵਾਗਤ ਤੁਹਾਡਾ ਸਾਡੇ ਚੈਨਲ ਚਾਚਾ ਸੁਨੀਲ 'ਤੇ। ਤਾਂ ਦੋਸਤੋ, ਕਰਨ ਔਜਲਾ ਅਤੇ ਸਿੱਧੂ ਮੂਸੇਵਾਲੇ ਬਾਰੇ ਦੋ ਅਪਡੇਟਸ ਲੈ ਕੇ ਹਾਜ਼ਰ ਹੋਏ ਹਾਂ। ਤਾਂ ਸਭ ਤੋਂ ਪਹਿਲਾਂ ਚੱਲਦੇ ਹਾਂ ਕਰਨ ਔਜਲਾ ਦੇ ਪੁਰਾਣੇ ਵਿਰੋਧੀ ਅੰਮ੍ਰਿਤ ਮਾਨ ਵੱਲ, ਜਿਸਦਾ ਕਿ ਬਹੁਤ ਜ਼ਿਆਦਾ ਕਲੈਸ਼ ਹੋਇਆ ਸੀ ਕਰਨ ਔਜਲਾ ਦੇ ਨਾਲ, ਅਤੇ ਕੰਟਰੋਵਰਸੀ ਵੀ ਬਹੁਤ ਜ਼ਿਆਦਾ ਹੋਈ ਸੀ ਕਿਉਂਕਿ ਕਰਨ ਔਜਲਾ ਨੇ ਕੁਛ ਵਿਵਾਦਿਤ ਬੋਲ ਬੋਲ ਦਿੱਤੇ ਸਨ। ਅਤੇ ਹੁਣ ਅੰਮ੍ਰਿਤ ਮਾਨ ਦੀ ਐਲਬਮ ਜੋ ਕਿ 6 ਅਗਸਤ ਨੂੰ ਆਉਣੀ ਹੈ, ਉਸਦੀ ਟਰੈਕ ਲਿਸਟ ਵੀ ਅਨਾਊਂਸ ਹੋ ਚੁੱਕੀ ਹੈ। ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਕਰਨ ਔਜਲਾ ਦੀ ਐਲਬਮ 30 ਜੁਲਾਈ ਨੂੰ ਆਉਣੀ ਸੀ, ਲੇਕਿਨ ਕੁਛ ਕਾਰਨਾਂ ਕਰਕੇ ਇਹ ਲੇਟ ਹੋ ਗਈ। ਅਤੇ ਹੁਣ ਸਾਨੂੰ ਪਿੱਛੇ ਜਿਹੇ ਖਬਰ ਮਿਲੀ ਹੈ ਕਿ ਇਹ 10 ਦਿਨ ਦੇ ਅੰਦਰ ਅੰਦਰ ਰਿਲੀਜ਼ ਹੋ ਜਾਵੇਗੀ, ਯਾਨੀ ਕਿ ਕਰਨ ਔਜਲਾ ਦੀ ਐਲਬਮ ਬੈਕ ਦਾ ਫੱਕਅਪ ਅਤੇ ਅੰਮ੍ਰਿਤ ਮਾਨ ਦੀ ਐਲਬਮ ਆਲ ਬੈਂਬ ਦਾ ਬਹੁਤ ਕਲੈਸ਼ ਹੋਣ ਜਾ ਰਿਹਾ ਵਾ, ਉਹ ਵੀ ਸੇਮ ਪਲੇਟਫਾਰਮ ਯਾਨੀ ਕਿ ਸਪੀਡ ਰੈਕਰਡਸ ਦੇ। ਅਤੇ ਦੋਸਤੋ, ਹੁਣ ਤੁਹਾਨੂੰ ਲੈ ਚੱਲਦੇ ਹਾਂ ਸਿੱਧੂ ਮੂਸੇਵਾਲੇ ਦੀ ਅਪਡੇਟ ਵੱਲ। ਅਤੇ ਮੂਸ ਟੇਪ ਦੇ ਆਉਣ ਤੋਂ ਪਹਿਲਾਂ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਜਦੋਂ ਮੂਸ ਟੇਪ ਖਤਮ ਹੋਵੇਗੀ ਉਦੋਂ ਸਿੱਧੂ ਮੂਸੇਵਾਲੇ ਦੇ ਚੈਨਲ ਉੱਪਰ 10 ਮਿਲੀਅਨ ਸਬਸਕ੍ਰਾਈਬਰ ਪੂਰੇ ਹੋ ਜਾਣਗੇ। ਅਫਸੋਸ, ਇੱਦਾਂ ਨਹੀਂ ਹੋਇਆ ਪਿਆ, ਲੇਕਿਨ ਅੱਜ ਦੇ ਦਿਨ ਸਿੱਧੂ ਮੂਸੇਵਾਲੇ ਚੈਨਲ ਉੱਪਰ 9 ਮਿਲੀਅਨ ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਹਨ। ਉਸ ਲਈ ਅਸੀਂ ਉਸ ਨੂੰ ਬਹੁਤ ਜ਼ਿਆਦਾ ਵਧਾਈਆਂ ਦਿੰਦੇ ਹਾਂ। ਬਾਕੀ ਦੋਸਤੋ, ਅੱਜ ਦੀ ਵੀਡੀਓ ਵਿੱਚ ਇੰਨੇ ਦੀ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਤਾਂ ਵੀਡੀਓ ਨੂੰ ਲਾਈਕ ਅਤੇ ਇੱਦਾਂ ਦੀ ਹੋਰਨਾਂ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।